ਏ ਪ੍ਰਾਹੁਣੇ ਆ, ਓ ਭੈਣ ਜੀ ਆ, ਆ ਜਾ ਪਾਣੀ ਪੀ ਲੋ। ਓਏ ਹੋ ਗਿਆ, ਆ ਜਾ ਆ ਜਾ ਆ ਗਏ ਮਾਮਾ ਆ ਗਏ। ਕਿੱਥੇ ਚੱਲ ਦਾ ਆ ਉਹ ਮਿਲ ਜਾਂਦਾ ਪ੍ਰਾਹੁਣੇ ਨੂੰ। ਤੈਨੂੰ ਤਸ ਕੇ ਦਾਟਾ ਯਾਰ, ਮੇਰੀ ਫੜ ਦਿੱਤਾ। ਬਾਈ ਜਾ ਕਾਹਨੂੰ ਕਰਦਾ ਇਹਨੂੰ? ਐ ਹੁੰਦਾ ਗਾ ਵੀ ਦਾਰੂ ਦੂਰੂ ਨਾ ਫੜਾ ਦੇ, ਤਾਂ ਤਾਂ ਕਰਕੇ ਮੇਰੇ ਨਾਲ ਲੜਦਾ ਹੀ ਰਹਿਣਾ। ਓ ਬਾਈ ਜਾਂਦਾ ਨਹੀਂ ਯਾਰ, ਬਾਈ ਜਾ ਨਹੀਂ 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 ਚੱਲ ਜਾ। ਆ ਜਾ ਮੇਰਾ ਸਾਲਾ ਟੱਟੀ ਆ, ਗੱਪੀ ਲੱਗਦਾ ਮੈਨੂੰ ਤਾਂ ਇਹ ਪੂਰਾ ਗੱਪੀ ਲੱਗਦਾ। ਪਾਪੇ ਦਮ ਚੜਾਤਾ ਤੈਂ ਅੱਜ ਮੇਰਾ। ਆ ਜਾ ਕੋਈ ਗੱਲ ਨਹੀਂ, ਕਦੇ ਚੱਲਦੇ, ਉਹ ਟਾਈਮ ਹੋ ਗਿਆ। ਬੱਟਾ ਬੱਟਾ ਪਾਤੀਆਂ, ਤੂੰ ਦੂਜੀਆਂ ਆਪਾਂ ਫੇਰ ਪਾ ਲਾਂਗੇ। ਆਹੋ ਕਦੇ ਫੇਰ ਦੇਖ ਲਿਓ, ਕਦੇ ਕੀ ਬਸ ਕੱਲ੍ਹ ਨੂੰ ਪਾ ਲਾਂਗੇ। ਕਾਹਦੂ ਪਾਏਗਾ ਬਦਮਾਸ਼ ਬਹੁਤ ਵੱਡਾ ਬਣਦਾ, ਪਰ ਏਡਾ ਹੈ ਨੀ ਤੂੰ। ਚੱਲ ਹੁਣ ਗਈਆਂ ਗੱਲਾਂ ਨੂੰ ਪਰੇ ਬਸਾਲਾ, ਇਧਰੋਂ ਚੱਕ ਮੰਜਾ, ਤੂੰ ਇਧਰੋਂ ਚੱਕ ਮੰਜਾ। ਮੰਜੇ ਮੁੰਜੇ ਤੇ ਨੀ ਆਉਂਦੇ ਸੀ? ਅਸੀਂ ਲਿਆਵਾਂਗੇ। ਕੋਈ ਨਾ, ਨਾ ਲੂ ਘਰੇ ਜਾ ਕੇ ਮੈਂ ਮਹੀਨੇ ਬਾਅਦ ਤਾਂ ਪਹਿਲਾਂ ਨੂੰ ਮਾਮਾ ਪਹੁੰਚ ਕੇ ਪੈਰ ਪੈਟ ਖੱਪੀ ਖਾਨ ਮੇਰਨਾ ਪੰਗਾ ਉਹਨੇ ਪਤਾ ਇਹਨੂੰ ਕਿਉਂ ਉਹ ਮੈਂ ਕਿਹਾ ਸੀਗਾ ਪਾਪੇ ਦਾ ਗੁੱਸਾ ਬਹੁਤ ਪੈਣਾ, ਤੂੰ ਨਾ ਜਾ ਕਰਦਾ ਉਹ ਮਾਮਾ ਨਾ ਜਾ। ਗਵਾਂਢੀ ਸੋਚ ਲੈਣਾ, ਗਵਾਂਢੀ ਨਾਲ ਕੀ ਬਣੂਗਾ। ਓ ਨੋ, ਇਹ ਤਾਂ ਗੱਲਾਂ ਚ ਸਾਰਾ ਸਮਝ ਆ ਗਿਆ, ਕਹਿੰਦਾ ਗਵਾਂਢੀ ਵੀ ਸੋਚ ਲੈਣਾ, ਉਹ ਰੁੜ ਜਾਣਾ ਕਿਤੇ ਹੋਰ ਨਾ ਕੋਈ ਕਾਰਸਤਾਨੀ ਕਰਦੇ ਹੁਣ, ਮੇਰਾ ਤਾਂ ਜਮਾ ਮੂੰਹ ਨੀ ਵਕੜਾ ਰੱਖਿਆ। ਤਾਂ ਬਾਬਾ ਜੀ ਚੰਗੇ ਨੇ ਵਿਚਾਰੇ, ਜਿਹੜੇ ਕੁਛ ਕਹਿੰਦੇ ਨੀ, ਪਤਾ ਨੀ ਮੇਰੇ ਮੂੰਹ ਨੂੰ ਨੀ ਕਹਿੰਦੇ ਹੈਗੇ। ਹੋ ਜਾਣਦੇ ਨੂੰ ਉਹਨੂੰ ਮੈਂ ਦਿੰਦੀ ਆ ਪਤਾ, ਇੱਟਾ ਜਾਣਿਆ ਸੁਧਰਨਾ ਸੁਧਰ ਜਾ, ਨਹੀਂ ਨਾ ਆ ਬਾਬਾ ਤੇਰਾ ਮੋਰ ਬਣਾ ਕੇ ਧਰ ਦੂ। ਮੈਂ ਨੀ ਜਾਵਾਂ ਅੰਦਰ। ਓਏ ਖੜ ਜਾ, ਕਿਉਂ ਔਖਾ ਹੋਣਾ, ਉਹ ਮਾਰਵਾ ਮੁੰਡਾ ਤੇਰੀ ਮਾਰ ਬਾਜਾ। ਮੰਮੀ ਬਾਜ ਗਿਆ ਮੇਰੇ ਹੱਥਾਂ ਤੋਂ, ਲੱਤੇ ਟੂਟ ਜਾ ਇੱਕ।
ਕੱਖ ਨਾ ਰਹੇ ਓਏ ਆਏ ਕੁੱਟਦੇ ਹੁੰਦੇ ਨੇ ਆਏ ਕੁੱਟਦੇ ਹੁੰਦੇ ਨੇ ਤੈਨੂੰ ਕੋਈ ਨਾ ਕਦੇ ਤਾਂ ਟਾਈਮ ਆਊ ਹਾਏ ਵੱਖੀ ਤੂੰ ਤਾਂ ਉੱਠ ਖੜ ਪਿਆ ਤੈਨੂੰ ਠਾ ਵੀ ਨੀ ਸਕਦਾ ਪੀਲਾ ਖੂਨ ਤੂੰ ਵੀ ਪੀਲਾ ਖੂਨ ਮਾਤਾ ਤੂੰ ਬਾਰੇ ਆ ਕੇ ਦੇਖ ਕੀ ਹੋ ਗਿਆ ਅੱਜ ਤਾਂ ਜਿਹੜਾ ਕੁਛ ਹੁੰਦਾ ਨਾ ਖੋ ਲੈਂਦੇ ਕੋਈ ਨੀ ਮੈਨੂੰ ਪਤਾ ਤੇਰੀ ਮਾਂ ਰੰਡੀ ਹੋ ਗਈ ਮੈਂ ਕੁਛ ਨੀ ਹੁੰਦਾ ਮੈਂ ਰੰਡੀ ਕੱਟ ਲੈਂਦੀ ਪਰ ਮੈਂ ਸਾਰੀ ਉਮਰ ਦਾ ਦੁੱਖ ਨੀ ਭੋਗ ਸਕਦੀ ਬਥੇਰਾ ਕੁੱਟਿਆ ਤੇਰੇ ਪਿਓ ਨੇ ਪੁੱਤ ਮੈਨੂੰ ਬਥੇਰਾ ਕੁੱਟਿਆ ਉਹ ਮਾਂ ਮੇਰੀ ਇੱਕ ਵਾਰੀ ਬਾਹਰੇ ਚੱਲ ਕੇ ਤਾਂ ਦੇਖ ਲਾ ਕੀ ਕੁਛ ਹੋਇਆ ਪਿਆ ਉੱਥੇ ਪੁੱਤ ਅੱਜ ਤਾਂ ਜਿਹੜਾ ਕੁਛ ਹੋਇਆ ਨਾ ਉਹ ਦੇਖਣ ਨੀ ਪੈਣ ਤਮਾਈ ਤਾਂ ਕਿਸੇ ਰਿਸ਼ਤੇਦਾਰ ਵਿੱਚ ਜਾਣ ਜੋਗੀ ਨੀ ਛੱਡੀ ਸੀ ਇਹਨੇ ਕਿਤੇ ਮੂੰਹ ਦਿਖਾਉਣ ਜੋਗੀ ਨੀ ਛੱਡੀ ਸੀ ਮੈਂ ਤਾਂ ਜਦੋਂ ਹੀ ਤੇਰਾ ਮਾਮਾ ਆਇਆ ਨਾ ਮੈਂ ਤਾਂ ਉਹਨੂੰ ਕਹਿਤਾ ਕਿ ਬਸ ਅੱਜ ਚੱਕ ਦੇ ਕੰਮ ਉਹ ਮਾਂ ਸਾਰਾ ਕੁਛ ਹੋਇਆ ਤਾਂ ਤੇਰੀ ਪਲਾਨ ਮੁਤਾਬਕ ਤੂੰ ਇੱਕ ਵਾਰੀ ਚੱਲ ਕੇ ਤਾਂ ਦੇਖ ਚੱਲ ਕੋਈ ਨੀ ਪੁੱਤ ਹਾਏ ਤਾਂ ਔਖਾ ਹੀ ਆ ਤੇਰੇ ਪਿਓ ਦਾ ਮੂੰਹ ਦੇਖਣਾ ਪਰ ਦੇਖਣਾ ਤਾਂ ਮੈਨੂੰ ਪੈਣਾ ਹੀ ਆ ਤੂੰ ਤਾਂ ਸੁਣਿਆ ਸੀ ਨਾ ਤੂੰ ਤਾਂ ਉਹਨੂੰ ਕਹਿ ਦਿੰਦਾ ਵੀ ਮਾਰਦਾ ਕਾਹਤੋਂ ਆ ਜਿਵੇਂ ਇਹਨੇ ਮੇਰੀ ਮਾਂ ਦੀ ਬਾਂਹ ਤੋੜੀ ਆ ਤੁਸੀਂ ਲੱਤ ਤੋੜ ਦੇ ਉਹ ਮਾਂ ਮੇਰੀ ਕਿੱਥੇ ਸੁਣਦਾ ਉਹ ਤੂੰ ਆ ਚੱਲ ਕੇ ਦੇਖ ਮਾੜਾ ਜਾ ਆ ਜਾ ਚੱਲ ਆ ਜਾ ਮਾਂ ਆ ਲੈ ਮੰਮਾ ਬੇਬੀ ਰਾ ਮੈਨੂੰ ਤਾਂ ਤੇਰੇ ਤੇ ਨਾ ਸੱਚੀ ਰੱਬ ਜਿੱਡਾ ਮਾਣ ਸੀਗਾ ਪਰ ਅੱਜ ਤੂੰ ਉਹੀ ਕੁਛ ਕੀਤਾ ਦੇਖ ਲੈ ਆ ਸਿਆਣੇ ਕਹਿੰਦੇ ਨੇ ਜਿਵੇਂ ਸੱਪ ਡੰਗ ਮਾਰ ਕੇ ਪੁੱਠਾ ਡਿੱਗਦਾ ਨਾ ਤੂੰ ਵੀ ਅੱਜ ਤੁਹਾਡੇ ਪ੍ਰਾਹੁਣੇ ਨੂੰ ਮਾਰ ਕੇ ਤਾਂ ਹੀ ਆਏ ਪਿਆ ਲੰਮਾ ਮੈਨੂੰ ਤੇਰੇ ਤੇ ਮਾਣ ਸੀ ਦੇਖ ਲੈ ਹਨਾ ਹਾਂ ਕਰਤਾ ਗੱਡਾ ਉਹਦਾ ਚੱਲ ਕੋਈ ਨੀ ਬਾਈ ਮੈਨੂੰ ਪਤਾ ਗਾ ਜਦੋਂ ਐਡਾ ਵੱਡਾ ਕਾਂਡ ਕਰਕੇ ਉਹ ਬੰਦੇ ਤੋਂ ਬੋਲਿਆ ਨੀ ਜਾਂਦਾ ਲੈ ਪੁੱਤ ਐਂ ਕਰ ਪਰ ਜਾਇ ਖਾਣ ਦਾ ਦੇਖ ਲਾ ਜਦਕਿ ਚ ਪਤਾ ਨੀ ਸਾਡਾ ਤਾਂ ਕਹੇ ਜਾ ਪਿਆਰ ਆ ਕਹੇ ਜਾ ਨਹੀਂ ਇਹ ਤਾਂ ਕਦੇ ਕਦੇ ਆਏ ਨਾ ਤੇਰਾ ਪਿਆ ਉਹ ਤੁਰਿਆ ਆਉਂਦਾ ਅੱਜ ਤਾਂ ਦੇਖ ਆਦਰ ਅੱਜ ਮੇਰੇ ਭਾਈ ਨੇ ਪੂਰੀ ਬਹਾਦਰੀ ਵਾਲਾ ਕੰਮ ਕੀਤਾ ਮੈਂ ਵੀ ਕਹਿਣ ਜੋਗੀ ਹੋ ਜੂੰਗੀ ਫੋਨ ਕਹਿੰਦੀ ਕਰਿਆ ਜੀ ਮੈਂ ਇਹ ਤਾਂ ਕੁਦਰਤੀ ਬਾਈ ਦਾ ਫੋਨ ਆ ਗਿਆ ਮੈਨੂੰ ਕਹਿੰਦਾ ਭੈਣੇ ਲਵੇ ਖੋਟੇ ਅਖੇ ਨਾ ਮੈਂ ਆਹ ਬੁੜਾ ਬੜਾ ਮਰ ਗਿਆ ਸੀ ਕੋਈ ਪਤਾ ਨੀ ਕਿਹਦਾ ਪਿੰਡ ਚ ਅਖੇ ਉਹਨਾਂ ਦੇ ਭੋਗ ਤੇ ਆਇਆ ਮੈਂ ਉਹਨਾਂ ਘਰੇ ਮੈਂ ਕਿਹਾ ਚੱਲ ਬਾਈ ਘਰੇ ਆ ਜਾ ਆ ਕੇ ਮੈਨੂੰ ਪੁੱਛਣ ਲੱਗ ਗਿਆ ਕਿ ਤੇਰੀ ਬਾਂਹ ਨੂੰ ਕੀ ਹੋ ਗਿਆ ਉਹ ਮੈਂ ਤੈਨੂੰ ਪਤਾ ਹੀ ਆ ਦੱਸਦਾ ਮੈਂ ਕਿਹਾ ਭਾਈ
ਆ ਤੁਹਾਡੇ ਪ੍ਰਾਹੁਣੇ ਨਾਲ ਲੜਾਈ ਲੱਪਾ ਹੋ ਗਿਆ, ਮਾੜਾ ਜਾਣੇ ਮੇਰੀ ਬਾਂਹ ਤੋੜਤੀ। ਜਦ ਕਹਿੰਦਾ ਆ ਕੇ ਮਾਈ ਚੰਨਿਆ ਖੇਤ, ਮੈਂ ਕਿਹਾ ਚੱਲ ਵਗ ਜਾ। ਐ ਕਿਲੇ ਧਰਨਾ ਖੇਡਾ ਸੁਣਿਆ ਦੀ ਲੋਕਾਂ ਤੋਂ ਵੀ 365 ਜਨਾਨੀ ਚਲਤਰ ਹੁੰਦੇ ਨੇ। ਮੈਨੂੰ ਪਤਾ ਬੁਲਾਇਆ ਤਾਂ ਤੈਂਦੀ ਇਹ, ਜਾ ਕੇ ਲੱਤ ਤੋੜਦਾ ਸੀ ਮੇਰੀ ਲੱਤ। ਆਹ ਗੱਲ ਕਿਹੜੀ ਕਰਦੇ ਹੋ ਜੀ ਤੁਸੀਂ, ਹੈਂ ਵੀ 365 ਚਲਤਰ ਮਾਰਦੇ ਅਖੇ ਇਹੀ ਬੰਦੇ ਨੂੰ ਮਾਰਦੇ। ਮੈਂ ਮੰਨਦੀ ਹਾਂ ਵੀ ਇਹ ਸਿਆਣਿਆਂ ਦੀ ਕਹਾਵਤ ਆ, ਪਰ ਅੱਜ ਕੱਲ ਤਾਂ ਕਹਾਵਤਾਂ ਕਹੂਵਤਾਂ ਭਾਈ ਸਾਰੀਆਂ ਗਲਤ ਨੇ। ਪਹਿਲਾਂ ਜਿੱਦੇ ਦੀ ਵਿਆਹੀ ਆਈ ਆ, ਤੇਰ ਤੋਂ ਕਿੰਨੀ ਵਾਰ ਕੁੱਟ ਖਾ ਲਈ, ਕਿੰਨੀ ਵਾਰ ਜੂੰਡੇ ਪਟਾ ਲਏ, ਕਿੰਨੀ ਵਾਰ ਲੋਕਾਂ ਮੂਹਰੇ ਜਲੂਸ ਕਢਾ ਲਿਆ। ਮੈਂ ਅੱਜ ਤੱਕ ਮੇਰੇ ਭਾਈ ਨੂੰ ਫੋਨ ਨੀ ਕਰਕੇ ਬੁਲਾਇਆ, ਤੇ ਫਿਰ ਮੈਂ ਅੱਜ ਕਾਹਤੋਂ ਫੋਨ ਕਰੂੰਗੀ? ਨਾਲੇ ਪਤਾ ਤੂੰ ਦੱਸ, ਦੱਸ ਤੇਰੇ ਪਿਓ ਨੂੰ ਮੈਂ ਤਾਂ ਕਦੇ ਫੋਨ ਹੀ ਨੀ ਕੀਤਾ ਤੇਰੇ ਨਾਨਕਿਆਂ ਨੂੰ। ਮਾਂ ਫਿਰ ਮੈਂ ਦੱਸਦਾ ਸਾਰੀ ਗੱਲ, ਮੈਂ ਦੱਸ ਹੀ ਦਿੰਦਾ ਸਾਰੀ ਗੱਲ ਫਿਰ ਡੈਡੀ ਨੂੰ। ਤੂੰ ਕੀ ਦੱਸੇਗਾ, ਮੈਂ ਤੇਰੇ ਪਿਓ ਨੂੰ ਦੱਸੀ ਤਾਂ ਜਾਂਦੀ ਹਾਂ ਸਾਰੀ ਗੱਲ। ਤੂੰ ਐਂ ਕਰ, ਤੇਰੇ ਮਾਮੇ ਵਾਸਤੇ ਪਾਣੀ ਲਿਆ, ਘੁੱਟ ਜਾ, ਭੱਜ ਕੇ ਜਾ ਮੇਰੇ ਪੁੱਤ। ਭੱਜ ਕੇ ਹਾਂ ਭਾਈ, ਠੀਕ ਹੈ ਤੂੰ? ਹਾਂ ਇਹ ਤਾਂ ਠੀਕ ਆ, ਬੁਲਾਇਆ ਸੀ ਨਾ ਭਾਈ ਨੂੰ, ਕੀ ਕਰ ਲਿਆ ਮੇਰਾ? ਉੱਥੇ ਜਾ ਕੇ ਫੜਾ ਮਾਰ ਦਿੱਤੀ, ਮੇਰੀ ਭੈਣ ਨੂੰ ਕੁੱਟਿਆ, ਐ ਕਰਿਆ, ਵਾਹ ਕਰਿਆ, ਮੈਂ ਤੇਰੀਆਂ ਲੱਤਾਂ ਤੋੜ ਦੂੰਗਾ। ਆਏ ਹਰਖ ਹਰਖ ਬੋਲਿਆ, ਪੂਰਾ ਰੋਪ ਨਾ ਹੰਕਾਰ ਕੇ ਪੁੱਛਣਾ ਫਿਰ ਆ ਪਿਆ, ਲੈ ਸਾਂਭਲੀ ਤੇਰੇ ਭਰਾ ਨੂੰ, ਮੈਨੂੰ ਕੁੱਟਣ ਗਿਆ ਸੀ, ਆਪ ਕੁੱਟ ਖਾ ਕੇ ਆ ਗਿਆ, ਹਲਦੀਆਂ ਦੁੱਧ ਪਲਿਆ ਦੀ ਹੁਣ ਸੂਰਮੇ ਨੂੰ। ਬੇ ਭਾਈ ਮੈਂ ਮਰ ਜੀ, ਹਿੰਮਤ ਮਾਰ ਖੜਾ ਹੋ। ਆਏ ਬੇ ਮੈਂ ਆਪਦੀ ਬਾਹ ਸਾਂਭਾ ਕੇ, ਤਾਈ ਤੂੰ ਸਾਂਭਾ। ਲੈ ਮਾਮਾ ਪਾਣੀ ਪਿਆ ਤੇਰੇ ਮਾਮੇ ਨੂੰ। ਮਾਮਾ ਪਾਣੀ ਪੀ ਲੈ, ਬੇ ਪੀ ਪਾਣੀ, ਪੀ ਪਾਣੀ, ਲੈ ਦੇਖ ਲੈ, ਮੈਨੂੰ ਤਾਂ ਇੱਡੀ ਗੰਡੀ ਦਾ ਬੜਕਾ ਮਾਰਦਾ ਸੀ, ਅਖੇ ਮੈਂ ਪਾਣੀ ਨੀ ਪੀਣਾ, ਅੱਜ ਮੈਂ ਪ੍ਰਾਹੁਣੇ ਦਾ ਖੂਨ ਪੀ ਕੇ ਆਊਂਗਾ। ਨੇ ਕੁੜੀ ਓਏ, ਪ੍ਰਾਹੁਣੇ ਦਾ ਖੂਨ ਬਾਲਾ ਕੌੜਾ, ਤੂੰ ਪਰਾਂ ਹੋ ਜਾ, ਪਰਾਂ ਵਾਲੀ, ਫੇਰ ਦੱਸੋ ਸਾਰੀ ਗੱਲ। ਤੁਹਾਨੂੰ ਤਾਂ ਦੱਸ ਦੇ, ਇੱਥੋਂ ਦੱਸ, ਓਏ ਬੇ, ਮੈਨੂੰ ਕੱਲੇ ਨੂੰ ਛੱਡ ਦੋ। ਚੱਲ ਮਾਂ, ਮੈਂ ਡਾਕਟਰ ਬੁਲਾਵਾਂ। ਬਸ ਮਾਂ ਮੈਨੂੰ ਰੈਸਟ ਕਰ ਲੈਣ ਦੇ। ਲਗਤਾਰ ਰੈਸਟ ਦਾ ਜੇ ਕੋਈ ਗੱਲਬਾਤ ਹੋ ਗਈ, ਮੇਰੀ ਤਾਂ ਭਰਜਾਈ ਵੀ ਐਡੀ ਕਪੱਤੀ ਹੈ ਵੀ ਉਹਨੇ ਤਾਂ ਮੈਨੂੰ ਜਿਉਣ ਨੀ ਦੇਣਾ, ਉਹਨੇ ਤਾਂ ਐਂ ਕਹਿ ਦੇਣਾ ਵੀ ਭਾਈ ਬੁਲਾ ਕੇ ਸਹੁਰਾ ਦੇ ਪ੍ਰਾਹੁਣੇ ਤੋਂ ਬਰਬਾਦ ਆ। ਓ ਮਾਂ, ਐ ਮੇਰਾ ਮਾਮਾ ਦਬਣ ਵਾਲਾ ਨੀ ਹੈਗਾ ਹਜੇ। ਲੈ ਹਜੇ ਕਹਿੰਦੇ ਦਬਣ ਵਾਲਾ ਨੀ ਹੈਗਾ, ਆ ਸੱਪ ਵਾਂਗੂ ਤਾਂ ਪਿਆਗਾ। ਨਹੀਂ ਇਹ ਤਾਂ ਮਾੜਾ ਮੋਟਾ ਥੱਕੇ ਕਰਕੇ ਆ। ਚੱਲ ਹੁਣ ਇਹਨੂੰ ਪਾ ਜਾਣ ਦੇ, ਮੇਰੀ ਗੱਲ ਸੁਣੋ, ਇਹ ਤਾਂ ਬੋਲਣ ਜੋਗਾ ਨਹੀਂ ਹੈਗਾ, ਤੇ ਤੂੰ ਤਾਂ ਬੋਲਣ ਜੋਗਾ ਹੈਗਾ, ਤੂੰ ਦੱਸ ਦੇ ਇਹਨੂੰ ਕੀ ਹੋਇਆ। ਉਹ ਮਾਂ, ਮੈਨੂੰ ਤਾਂ ਪਾਪਾ ਕਹਿੰਦਾ ਤੂੰ ਐਂ ਕਰ ਨੱਕਾ ਮੋੜ ਕੇ ਆ, ਜਦੋਂ ਮੈਂ ਵਾਪਸ ਆਇਆ ਉਦੋਂ ਨੂੰ ਮੇਰੇ ਮਾਮੇ ਦੀ ਗਰਦਨ ਮੁੜੀ ਪਈ ਸੀ। ਇਹ ਗੁੰਡੇ ਬੰਦੇ ਤੋਂ ਨਹੀਂ ਕੋਈ ਬਚ ਸਕਦਾ, ਇਹ ਗੁੰਡੇ ਬੰਦੇ ਤੋਂ ਨਹੀਂ ਬਚ ਸਕਦਾ, ਇਹ ਤਾਂ ਮਈ ਆ ਜਿਹੜੀ ਇੱਥੇ ਕੱਟੀ ਜਾਂਦੀ ਆ, ਤੇ ਜੇ ਕੋਈ ਹੁੰਦੀ ਨਾ ਹੋਰ, ਹੁਣ ਨੂੰ ਤੇਰੇ ਵਰਗੇ ਨੂੰ ਲੈਂਦੀ ਨਾਲ, ਤੇ ਕਦੋਂ ਦੀ ਤੇਰੇ ਨਾਨਕੇ ਬੈਠੀ ਹੁੰਦੀ। ਚੱਲ ਆ ਜਾ ਆ ਜਾ ਆ ਜਾ, ਓਏ ਰੱਬਾ, ਮੈਨੂੰ ਪਤਾ ਤੂੰ ਉੱਠੇਗਾ ਜ਼ਰੂਰ। ਮੱਕੀ ਤਾਂ ਚੁੱਕ ਰਹੀ ਦਿੱਤੀ।
ਪੌਦਾ ਵਾਲੇ ਥਾਂ ਦੀਆਂ ਵੱਟਾਂ ਕੱਢੀਆਂ, ਇਹ ਕੰਮ ਹੀ ਨਹੀਂ ਕਰਨਾ। ਕੰਮ ਤੱਕ ਤਾਂ ਠੀਕ ਹੈ, ਮੈਂ ਤੈਨੂੰ ਕੋਈ ਗੱਲ ਪਤਾ ਲੱਗੀ ਜਿਹੜੀ ਤੂੰ, ਮੈਂ ਤੈਨੂੰ ਕੀ ਵਾਰੀ ਕਿਹਾ ਵੀ ਆਹ ਪੰਕੇ ਨਾ ਲਿਆ ਕਰ, ਜਿਹੜਾ ਕੱਢ ਰੱਖਿਆ ਨਾ ਜਲੂਸ, ਆਹ ਦੇਖ ਲਾ ਬਾਬੇ ਨੇ ਆਪਦਾ ਸਾਲਾ ਨੀ ਬਖਸ਼ਿਆ, ਉਹਨੂੰ ਵੀ ਵੱਢਤਾ। ਓਏ ਕਾਣ ਬੋਲੀਏ, ਉਹਦਾ ਸਰਦਾਰ ਬਾਉਣ ਨੇ ਮੰਜੇ ਦੇ ਪੈ ਦੀ ਬੋਤਲ ਉਹਦੇ ਕੋਲੇ ਪਈ ਦੀ, ਉਹ ਦੋਏ ਪਿਓ ਪੁੱਤ ਨਾ ਵੱਟਾਂ ਲੱਗੇ ਪੈ ਦੀ ਕੱਢਣਾ। ਕਾਹਨੂੰ ਲੱਗਿਆ ਪਏ ਸੀ, ਉਹਨੂੰ ਤਾਂ ਆਏ ਚੱਕ ਕੇ ਲਿਆਏ ਨੇ ਦੋਹੇ ਜਣੇ। ਓਏ ਮੈਂ ਉਹਨੂੰ ਉਹਦੇ ਕੋਲੋਂ ਆਇਆ ਗਾ, ਉਹਦਾ ਕਹਿੰਦਾ ਮੌਲ ਨਾ ਵੱਟਾਂ ਕੱਢੀ ਜਾਂਦੇ ਸੀ ਦੋਏ ਪਿਓ ਪੁੱਤ, ਉਦੋਂ ਡਰਦੇ ਮਾਰੇ ਇੰਨਾ ਡਰਦੇ ਨੇ ਕਾਹਨੂੰ ਡਰਦੇ ਨੇ ਉਹਦਾ, ਤੈਨੂੰ ਤਾਂ ਪਤਾ ਹੀ ਨੀ ਬਾਬਾ ਦਾ ਗੱਲਾਂ ਗੱਲਾਂ ਚ ਮੈਨੂੰ ਸੁਣਾਈ ਵੀ ਕਰ ਗਿਆ। ਬਾਬਾ ਜੀ ਕਹਿੰਦੇ ਕਹਿੰਦੇ ਇਹਦਾ ਕੋਈ ਚਿੱਤ ਕਰਿਆ ਸਾਡਾ ਗਵਾਂਢੀਆਂ ਨੂੰ ਵੀ, ਤੈਨੂੰ ਦੱਸਦਾ ਮੈਂ ਤੇਰੇ ਤਾਂ ਪਈ ਹੋਈ ਲੈ ਥੋੜੇ ਦਿਨਾਂ ਤੱਕ। ਓਏ ਮੈਂ ਤਾਂ ਉਹਨੂੰ ਉੱਥੇ ਨਾ ਕਰਿਆ, ਮੈਂ ਬਖਸ਼ਤਾ ਵੀ ਇਹਨੇ ਕਰਿਆ ਹੋਇਆ, ਨਾਲੇ ਥੋੜਾ ਤੀਵੀਆਂ ਦਾ ਕੰਮ ਸੀਗਾ, ਜੇ ਕਿਤੇ ਬਾਹਰ ਮਿਲ ਗਿਆ ਨਾ ਬਾਹਰ ਤਾਂ ਮੈਂ ਕਰੂੰਡਾ ਕਰ ਦੂ। ਫਿਰ ਰਹਿਣ ਦੇ ਰਹਿਣ ਦੇ, ਆਪ ਤੇਰਾ ਕੁੰਡਾ ਕਰਾ ਕੇ ਬਾਈ ਜੀ ਮਾਰਦਾ ਗੱਲਾਂ ਐਡਾ ਕਦਕ ਬੈਠੀ ਆ ਉਹ, ਕਿਉਂਕਿ ਉਹਦੇ ਘਰੇ ਜਾ ਕੇ ਮੈਂ ਕਰਿਆ ਬੇ, ਤੇਰੂ ਘਰੇ ਆ ਕੇ ਕੁੱਟ ਜੂ, ਗਿੱਠਕਦਾ ਤੂੰ ਹੈਗਾ ਪੰਕੀ ਤੂੰ ਵੱਡਿਆ ਵੱਡਿਆ ਨਾਲ ਇੰਨਾ। ਓਏ ਤੂੰ ਵਿਆਹੀ ਮੈਨੂੰ ਆ ਕੋਨੂੰ ਆ ਗਈ ਜਿਹੜੀ ਉਹਨੇ ਆਮੀ ਉੱਠੀ ਜਾਂਦੀ ਆ ਬੇ, ਵਿਆਹੀ ਦਾ ਤੇਰੇ ਨਾਲ ਪਰ ਫੀਲਿੰਗ ਨਹੀਂ ਆਈ ਕਦੇ ਮੈਂ ਤੇਰੇ ਨਾਲ ਵਿਆਹੀ ਹੁੰਦੀ, ਹਾਕੀ ਨਾਲ ਫੁੱਟਬਾਲ ਰੁੜੀ ਜਾਂਦੀ ਹੁੰਦੀ ਆ ਬਸ ਤਾਂ ਐ ਲੱਗਦਾ ਐ। ਹਾਂ ਪਹਿਲਾਂ ਤੈਨੂੰ ਦੀ ਨਾਲ ਜੀ ਉਹਨੂੰ ਭੱਜ ਕੇ ਨਾਲ ਕਦੇ ਕਦੇ ਬਹੀ ਦੀ ਬੇੜਾ ਪਚੋਲੇ ਦਾ ਵੀ ਉਹ ਗਾਲਾਂ ਕੱਢਣੀਆਂ, ਨਾ ਤਾਂ ਪਚੋਲੇ ਨੂੰ ਸਰ ਮਾਈ ਤੀ ਨਾ ਹੁਣ ਸਾਰੀ ਹੁਣ ਤੈਨੂੰ ਆਉਣੀ ਆ, ਉਹਦਾ ਬਸ ਹੁਣ ਕਿਹੜਾ ਕੁਛ ਹੋ ਗਿਆ ਬਸ ਹੋ ਗਿਆ। ਉਹ ਚੱਲ ਪੰਕੀ ਨਾ ਯਾਰ ਤੂੰ ਪਾਣੀ ਲੈ ਕੇ ਜਾ ਭੱਜ, ਮੈਂ ਲਿਆ ਦਿੰਦੀ ਆ ਪਾਣੀ, ਮੈਨੂੰ ਤਾਂ ਫੁੱਕਣਾ ਫੁੱਕਣਾ ਹੀ ਪਊਗਾ। ਪਰ ਇੱਕ ਗੱਲ ਦੱਸਦੀ, ਉਹ ਬਾਬਾ ਜੀ ਤਾਂ ਬਚ ਕੇ ਰਹੀ, ਉਹ ਤਾਂ ਮੇਰੇ ਮੂੰਹ ਨੀ ਕੁਛ ਕਰੇ, ਜਿਦੇ ਮੈਂ ਸਹਿ ਦਿੱਤੀ ਨਾ ਤੇਰੀਆਂ ਤਾਂ ਹੱਡੀਆਂ ਚੂਰਮਾ ਬਣਾਉਣਗੀ ਚੂਰਮਾ, ਬੋਲ ਕੇ ਨਾ ਦੇਖੇ ਮੇਰੇ ਮੂਹਰੇ ਮੈਂ ਚੰਗਾ ਚੰਗਾ ਰਹਿਣ ਦੇ, ਪਰ ਤੇਰੀ ਜਵਾਨ ਨੀ ਖੁੱਲਦੀ, ਉਹ ਤਾਂ ਬੋਲਿਆ ਠੀਕਾ ਬਾਹਰੋਂ ਫਿਰ ਸ਼ੇਰ ਬਣ ਗਿਆ। ਪਰ ਬਾਹਰ ਕਰੇ ਜੀ ਤਾਂ ਨੀ ਬੋਲਿਆ, ਇਹ ਬਾਹਰ ਨਹੀਂ ਬੋਲੇ ਬਾਹਰ ਪਾਣੀ ਨੂੰ ਕਰ ਜਾ ਲੈ ਗਿਆ ਬਸ, ਫਿਰ ਮੂਹਰੇ ਨਾ ਬੋਲ ਮੇਰੇ ਨਾਲ ਬੋਲਣ ਵਾਲੇ ਹੋਰ ਬਲਾਸਟ ਬਸ ਕਰਕੇ ਲੱਗਿਆ ਚਵਰ ਚਵਰ ਬੋਲਣ, ਪਤਾ ਨੀ ਕੀ ਹਾਲ ਤੜਪੂ ਇਹਦਾ ਸਾਂ। ਇਹਦੀ ਵੀ ਗੱਲ ਠੀਕ ਹੈ, ਉਹ ਤਾਂ ਕਹਿੰਦਾ ਵੀ ਮੈਂ ਵੱਟਾਂ ਪਾਉਣ ਲਾ ਰੱਖੇ ਨੇ, ਤੇ ਇਹ ਕਹਿੰਦੀ ਆ ਵੀ ਉਹਨੂੰ ਚੱਕੀ ਆਉਂਦੇ ਸੀਗੇ। ਇਸ ਹਿਸਾਬ ਨਾਲ ਤਾਂ ਆਪਾਂ ਨੂੰ ਬਚ ਕੇ ਰਹਿਣਾ ਪਊਗਾ, ਜੇ ਉਹ ਇੱਧਰ ਦੀ ਵੱਟ ਆਉਂਦਾ ਤਾਂ ਆਪਾਂ ਇੱਧਰ ਦੀ ਵੱਟ ਹੋ ਜਾਇਆ ਕਰ। ਜੇ ਬਾਬਾ ਜੀ ਇੱਧਰ ਦੀ ਵੱਟ ਤੇ ਤੂੰ ਇੱਧਰਲੀ ਵੱਟ ਤੇ, ਜੇ ਬਾਬਾ ਜੀ ਇੱਧਰਲੀ ਵੱਟ ਤੇ ਤੂੰ ਇੱਧਰਲੀ ਵੱਟ ਤੇ, ਜੇ ਬਾਬਾ ਜੀ ਵਿਚਾਰੇ ਉਹਨਾਂ ਨੇ ਤਾਂ ਤੂੰ ਖੇਡ ਸਾਡੇ ਨੂੰ ਭੱਜ ਜਾ ਕਰ ਬਸ। ਓਏ ਉਹੀ ਗੱਲ ਸੋਚਦਾ ਵੀ ਇਹਦਾ ਕੀ ਪਤਾ ਪੁੱਛ ਰਿਹਾ ਜੱਟ ਦਾ। ਹਾਂ ਇਹਦਾ ਪੁਰਾਣਾ ਹੈ ਨਾ, ਫਿਰ ਹੁਣ ਵੱਡੇ ਥੰਮਿਆ ਡਰ ਕੇ ਤਾਂ ਰਹਿਣੀ ਪੈਂਦਾ ਪਾਣੀ ਪੀ ਲਾ। ਠੀਕ ਹੈ ਠੀਕ ਹੈ ਠੀਕ ਹੈ ਜੀ, ਹੁਣ ਤਾਂ ਚੱਲ ਸ਼ੁਕਰ ਹੈਗਾ ਬਲਾ ਸਾਲਾ, ਉੱਥੇ ਕਿਹੜਾ ਕੋਈ ਕੰਮ ਕਰਨਾ ਤੀ ਆਪਾਂ ਨੇ। ਇੱਕ ਆਹ ਸ਼ਰੀ ਦੀ ਮੰਮੀ ਸਾਰਾ ਦਿਨ ਜਾਣ ਖਾਈ ਰੱਖਦੀ ਤੀ, ਇੱਥੇ ਵਧੀਆ ਜੱਗੇ ਨੇ ਤਾਂ ਸੈੱਟ ਜਿਹਾ ਕਰਤਾ, ਇਹਨਾਂ ਨੂੰ ਤਾਂ ਆ ਵੀ ਲੱਤ ਟੁੱਟ ਗਈ ਹੋਈ, ਇੰਨੇ ਕੁ ਨਾਲ ਆਪਾਂ ਨੂੰ ਕੀ ਹੁੰਦਾ, ਆਪਾਂ ਤਾਂ ਪਿਆ ਝੋਟੇ ਵਰਗੇ। ਕੁੜੀ ਨੇ ਦੁੱਧ ਜਿਹਾ ਪਿਆ ਸਮਝ ਆਰਾਮ ਜਿਹਾ ਆ ਗਿਆ। ਕਿਵੇਂ ਸਾਲਿਆ ਆਏ, ਕੋਈ ਬਾਤ ਤਾਂ ਮਾਰੀ ਵੀ ਨਹੀਂ ਲੱਤੀ ਮਾਰੀ ਦੀ, ਮਾਰੀ
ਦਿਖਿਆ ਅੰਨੇ ਮੁੰਗ ਦਾ ਕੁੱਟਣ ਲੱਗ ਗਿਆ। ਤੂੰ ਐ ਕਰ, ਹਾਂ ਪਿੰਡ ਵਗ ਜਾ ਜਾਣਾ। ਕਿਵੇਂ ਜਾਵਾਂ, ਜੇ ਤੇ ਠੀਕ ਰਹਿੰਦਾ ਨਾ ਚਿਰ ਨਹੀਂ ਜਾਂਦਾ। ਓਏ ਮੈਂ ਫੋਨ ਕਰ ਦਣਾ ਉਹਨੂੰ। ਕਿਹਨੂੰ? ਪੁੱਤਰੇ ਫੋਨ ਫਾਨ ਨਗਰੀ ਕਿਸੇ ਨੂੰ ਚੁੱਕਿਆ, ਫੋਨ ਫਾਨ ਨਗਰੀ ਕਿਸੇ ਜਾ, ਤੈਨੂੰ ਦੱਸਦਾ ਮੈਂ। ਫਿਰ ਮੈਂ ਛੱਡ ਕੇ ਆਵਾਂ? ਤੂੰ ਜਾ ਆਪਦਾ ਕੰਮ ਕਰ। ਓਏ ਮੈਂ ਰੇਡੀ ਕਰਾ ਲੈਣਾ, ਮੈਂ ਛੱਡਣਾ ਤੂੰ ਆ ਬੰਦੇ ਹੱਥ ਤੂੰ ਜਾ। ਤੇ ਹੁਣ ਤੂੰ ਕਰੋ ਜਾਂਦਾ ਨਹੀਂ, ਤੂੰ ਬਾਹਰ ਬੋਲਣਾ ਡੋਲ ਪੈਂਦੀ ਆ ਬੋਲਣਾ। ਐ ਦੇਖ ਬਈ ਸ਼ਰਮ ਬੰਦਾ ਵੀ ਭੈਣ ਦੇ ਘਰੋਂ ਜੰਮੀ ਜਾਂਦਾ। ਅੱਗੇ ਨਾਲੋਂ ਫਰਕ ਆ ਕੁਛ? ਬਾਈ ਮੈਨੂੰ ਤਾਂ ਇੱਕ ਤੇਰੀ ਗੱਲ ਨੀ ਸਮਝ ਆਈ। ਇੱਕ ਪਾਸੇ ਤਾਂ ਤੂੰ ਕਹਿੰਦਾ ਵੀ ਮੈਂ ਕਬਜ਼ੇ ਲੈਣਾ ਹੈ, ਦੂਜੇ ਪਾਸੇ ਤੂੰ ਹੋਰ ਆਪਦੇ ਕਬਜ਼ੇ ਤੁੜਵਾ ਕੇ ਆ ਗਿਆ। ਡਾਂਗ ਠੋਕ ਦੇ ਹਲੇ ਮੈਂ ਤਾਂ ਡਾਂਗ ਚੱਕਣੀ ਲੱਗਿਆ ਸੀ ਭੈਣੇ, ਉਹਦਾ ਉਹਦੀ ਢਾ ਲਿਆ ਮੈਨੂੰ ਤਾਂ ਬੋਲਣ। ਇੱਕ ਗੱਲ ਹੋਰ, ਅੱਧਾ ਘੰਟਾ ਮੇਰੇ ਸਾਲੇ ਦੇ ਸਾਰੇ ਗਿਆ, ਕੁੱਟੀ ਹੋ ਗਿਆ, ਕੁੱਟੀ ਹੋ ਗਿਆ। ਇਹਦਾ ਮਤਲਬ ਫਿਰ ਤਾਂ ਤੇਰੀ ਡਾਂਗ ਨਾਲ ਤੈਨੂੰ ਹੀ ਕੁੱਟਿਆ। ਸਹੀ ਸਹੀ ਗੱਲ ਹੈ, ਪਰ ਇੱਕ ਮਾਰੀ ਡਾਂਗ ਮੈਂ ਤਾਂ ਮੂੰਹ ਤੇ ਮੂੰਹ ਡਿੱਗਿਆ, ਦੋ ਘੰਟੇ ਬੇਹੋਸ ਪਿਆ ਰਿਹਾ। ਮੈਨੂੰ ਤਾਂ ਭੈਣੇ ਆਏ ਨਾ ਪਤਾ ਲੱਗੇ ਵੀ ਆਪਣੇ ਪਿੰਡਾਂ ਕਿ ਮੈਂ ਤੇਰੇ ਸਹੁਰੇ ਆਇਆ ਹੋਇਆ। ਚੱਲ ਹੁਣ ਤਾਂ ਪਤਾ ਲੱਗ ਗਿਆ ਵੀ ਤੂੰ ਮੇਰੇ ਸਹੁਰਿਆਂ 'ਚ ਬੈਠਾ ਹੈ ਤੇ ਹਜੇ ਵੀ ਹੈ ਨਹੀਂ ਦਿਮਾਗ ਸੈੱਟ। ਹਾਂ ਹਾਏ ਹੈਗਾ ਭੈਣੇ ਹਾਲ ਤਾਂ। ਮੇਰੀ ਗੱਲ ਸੁਣ, ਆ ਸ਼ੈਰੀ ਮੈਨੂੰ ਦੱਸਦਾ ਸੀਗਾ, ਕਹਿੰਦਾ ਮੰਮੀ ਮਾਮੀ ਦਾ ਫੋਨ ਆਈ ਜਾਂਦਾ ਗਾ, ਕਹਿੰਦਾ ਹੁਣ ਮੈਂ ਚੱਕ ਕੇ ਉਹਨੂੰ ਕੀ ਕਹਾਂ। ਸਾਡੇ ਗੁਆਂਢੀ ਦਾ ਸਾਡਾ ਪੈਰ ਰੱਖੇ ਵੇਚਾ ਹੈ ਵੀ ਸਾਡਾ ਮਾੜਾ ਜਾ ਨਵੇੜਾ ਕਰਵਾ ਕੇ ਆਊਗਾ, ਸਾਡਾ ਤਾਂ ਕੰਮ ਠਾਣੂ ਠਾਣੀ ਹੋਇਆ ਪਿਆ। ਠੀਕ ਆ, ਹੁਣ ਜੇ ਮੈਂ ਉਹਨੂੰ ਐ ਦੱਸਦਾ ਵੀ ਮੇਰੇ ਆਲੇ ਪ੍ਰਾਹੁਣੇ ਨੇ ਤੇਰੇ ਆਲਾ ਕੁੱਟਤਾ ਤਾਂ ਤੂੰ ਹਿਸਾਬ ਲਾ ਲਾ ਫਿਰ, ਤੇਰੀ ਜਨਾਨੀ ਐਡੀ ਕੁਪੱਤੀ ਹੈ, ਕੰਮ ਚਾਹੇ ਬੇਸ਼ੱਕ ਨੀ ਕਰਦੀ ਪਰ ਲੱਛਣ ਬਹੁਤ ਕਰਦੀ ਐ, ਨੀ ਪਤਾ ਵੀ ਤੂੰ ਮੇਰੇ ਘਰੇ ਭਾਈ ਆਏ ਉਹ ਆਪਦਾ ਭਾਈ ਬੁਲਾ ਕੇ ਇੱਥੇ ਆ ਜੀ। ਨਾ ਨਾ ਭੈਣੇ, ਕੁੱਤੀ ਆ ਪੂਰੀ ਉਹ, ਹਾਂ ਕੁੱਤੀ ਆ, ਉਹਨਾਂ ਇਹੋ ਜਿਹੀ ਗੱਲ ਕਹਿੰਦੀ। ਧਾਨਾ ਭੈਣੇ ਤੂੰ ਜਿਹੜੀ ਇਹ ਤੋਂ ਕੁੱਟ ਖਾਈ ਜਾਂਦੀ, ਆ ਤੇਰੇ ਵਾਲੀ ਭਾਬੀ ਦੇ ਗੁੱਤਰੀ ਚ ਮੈਂ 21 ਚਪੇੜਾ ਮਾਰਿਆ ਸੀ, ਮੇਰੇ ਸਾਲੇ ਜੀ ਨੇ 10 ਬੰਦੇ ਸੱਦ ਲਏ, ਹਾਂ ਸੁੱਤੇ ਪਏ ਨੂੰ ਕੁੱਟਿਆ। ਤੇਰੇ ਮਾਮੇ ਨੂੰ ਲੈ ਜਾ ਨਾਲ ਮਾਮੀ ਦਾ ਫੋਨ ਆਇਆ ਸੀਗਾ,
ਇੱਕ ਵਾਰ ਤਾਂ ਮੈਂ ਫੋਨ ਚੱਕ ਕੇ ਕਹਿਤਾ ਸੀ ਮਾਮੀ ਮੈਂ ਬਾਜ਼ਾਰ ਤੇ, ਫਿਰ ਬਾਅਦ ਚੋਂ ਗੱਲ ਕਰਦਾ। ਅੱਛਾ, ਬਾਅਦ ਚੋਂ ਫੇਰ ਫੋਨ ਆ ਗਿਆ, ਫਿਰ ਮੈਂ ਤਾਂ ਚੱਕੀ ਨੀ ਹੈਗਾ। ਚੱਕੀ ਨਾ ਕੁੱਤੀ ਦਾ ਫੋਨ, ਚੱਕੀ ਨਾ ਤੈਨੂੰ ਦੱਸਦਾ ਮੈਂ ਨੀ ਚੱਕਦਾ ਹੈਗਾ। ਮੇਰੀ ਗੱਲ ਸੁਣ, ਜਿਵੇਂ ਤੇਰੀ ਮਾਂ ਨੇ ਝੂਠ ਬੋਲਿਆ ਵੀ ਸਾਡੇ ਘਰ ਝਗੜਾ ਜਿਹਾ ਹੋ ਗਿਆ, ਜੇ ਚੱਕ ਵੀ ਲਿਆ ਨਾ ਐਂ ਕਹਿ ਦੀ ਵੀ ਮੇਰੇ ਮਾਮੇ ਤੋਂ ਬਣਾਏ ਝਗੜਾ ਨਿਬੜਦਾ। ਉਹ ਮਾਮਾ ਮੈਂ ਹੁਣ ਕਿੰਨਾ ਚਿਰ ਝੂਠ ਬੋਲੀ ਜਾਊਂਗਾ, ਮੈਂ ਤਾਂ ਜਿੱਦਾਂ ਦਾ ਜੰਮਿਆ ਝੂਠ ਤੇ ਝੂਠ ਬੋਲਦਾ ਪਿਆ। ਉਹ ਮਾਮਾ ਤੂੰ ਇਹ ਗੱਲਾਂ ਛੱਡ, ਅਸਲ ਮੈਂ ਕੁੱਟ ਤਾਂ ਤੇਰੇ ਮੇਰੇ ਕਰਕੇ ਪਈ ਸੀਗੀ। ਉਹ ਕਿਵੇਂ ਭਾਣ ਜੇ? ਉਹ ਐ ਸੀਗਾ, ਮੇਰੀ ਮਾਂ ਮੈਨੂੰ ਕਹਿੰਦੀ ਤੂੰ ਫੋਨ ਲਾ ਕੇ ਦੇ, ਮੈਂ ਫੋਨ ਲਾ ਕੇ ਦੇਤਾ, ਮੈਂ ਤਾਂ ਬਾਹਰ ਨੂੰ ਵਗ ਗਿਆ, ਉਹਨੇ ਤੈਨੂੰ ਇੰਨੇ ਪੰਪ ਭਰੇ ਪਤਾ ਨੀ ਕੀ ਕੁਛ ਕਿਹਾ, ਤੂੰ ਵੀ ਨਾਭੀ ਪੱਗ ਬੰਨ ਕੇ ਆ ਗਿਆ, ਦੁੱਲਾ ਬੈਲੀ ਬਣ ਕੇ ਖੇਤ ਵਗ ਗਿਆ, ਆਹ ਦੇਖ ਲਾ ਕੁੱਟ ਖਾ ਕੇ ਆ ਗਿਆ ਤੂੰ ਉੱਥੋਂ। ਮੇਰੀ ਭੈਣ ਸੀ ਫਿਰ ਮੈਨੂੰ ਤਾਂ ਆਉਣਾ ਹੀ ਪੈਣਾ ਸੀਗਾ ਭਾਣ ਜਿਆ, ਆਏ ਕਿਵੇਂ ਮੇਰੀ ਭੈਣ ਦੀਆਂ ਮੈਂ ਬਾਹਾਂ ਤੜਾ ਦਾਂ ਯਾਰ। ਚੱਲ ਮਾਮਾ ਤੈਨੂੰ ਮੈਂ ਮਰੇਲਕੋਟ ਲਈ ਦਵਾਈ ਦਵਾ ਕੇ ਲਿਆਵਾਂ। ਦੂਜੀ ਮੋਟਰ ਤੇ ਹੋਊਗਾ। ਅੱਛਾ, ਆਪਾਂ ਦੂਜੀ ਮੋਟਰ ਤੇ ਚੱਲਾਂਗੇ। ਚੱਲ ਤੂੰ ਇਹ ਮੋਟਰ ਤੇ ਕੋਟਾ ਆਪਦਾ ਤੌੜੇ ਥੱਲੇ ਰੱਖਦਾ, ਚਾਬੀ ਦਾ ਮੈਨੂੰ ਪਤਾ ਕਿੱਥੇ ਰੱਖੀ। ਹਾਂ ਆ ਜਾ, ਚੱਲੀਏ ਆ, ਜੁੱਤੀ ਪਾ ਲੈ। ਡਾਕਟਰ ਨਾਲ ਚੰਗੀ ਤਰ੍ਹਾਂ ਗੱਲ ਗੁੱਲ ਕਰਕੇ ਹੈ, ਮਾੜੇ ਮੋਟੇ ਚੰਗੀ ਤਰ੍ਹਾਂ ਸੇਕੇ ਸੁੱਕੇ ਲਵਾ ਕੇ ਫਿਰ ਇਹਨੂੰ ਘਰੇ ਛੱਡ ਕੇ ਫੇਰ ਕਿਸੇ ਕੰਮ ਦਾ ਦਿਲ ਲੱਗੀ। ਉਹ ਲੈ ਮਾਂ ਕਿਹੜਾ ਦਵਾਇਆ, ਉਹ ਤਾਂ ਪੈਗ ਲਾਉਣ ਨੂੰ ਕਹਿੰਦਾ ਪੈਗ। ਹੋਰ ਦੱਸ ਕੀ ਸਾਨੂੰ ਕੁਝ ਹਾਜ਼ਰ ਲੈਣਾ ਹੋਊਗਾ। ਕਹਿ ਰਹੀ ਮੈਂ ਕਹਿੰਦੀ ਆ ਵੀ ਕਾਹਤੋਂ ਲੈ ਕੇ ਜਾ ਰਿਹਾ ਉਹਨੂੰ ਖੇਤ, ਕਾਹਤੋਂ ਲੈ ਕੇ ਜਾ ਰਿਹਾ, ਤੂੰ ਤੇਰੇ ਪਿਓ ਨਾਲ ਰੱਖ ਕੇ ਆਇਆ ਉੱਥੇ। ਉਹ ਕਹਿੰਦਾ ਮੈਨੂੰ ਤਾਂ ਪੈਕੇ ਲਵਾ, ਕਹਿੰਦਾ ਉੱਥੇ ਖੇਤ ਉੱਥੇ ਤੇਰੇ ਪਿਓ ਨੇ ਕਹਿੰਦਾ ਰੱਖੀ ਹੋ ਦਾਰੂ। ਚੱਲ ਦਾਰੂ ਤਾਂ ਕੋਈ ਨੀ, ਲਵਾ ਦੀ ਵੇਚਦਾ ਕਿਹੜਾ ਸੱਦ ਹੈ, ਦਾਰੂ ਬਿਨਾ ਤੂੰ ਆਏ ਕਰ, ਜੇ ਨਾ ਵੀ ਮਲੇਰਕੋਟ ਲੈ ਜਾਂਦਾ ਹੋਇਆ ਦਵਾਈ ਲੈਣ ਵਾਸਤੇ ਆਪਣੇ ਪਿੰਡ ਵਾਲੇ ਡਾਕਟਰ ਤੋਂ ਇਹਦੇ ਕੋਈ ਟੀਕਾ ਨਾ ਲਵਾ ਦੇ ਮਾੜਾ ਜਾ, ਠੀਕ ਆ ਨਾ। ਆ ਤੇਰੀ ਮਾਮੀ ਨੂੰ ਜੇ ਮਾੜਾ ਜਾ ਪਤਾ ਲੱਗ ਗਿਆ ਆਪਣੇ ਸਾਰੇ ਟੱਬਰ ਦੇ ਜੂੰਡੇ ਪੜ ਤੂੰ, ਤੈਨੂੰ ਪਤਾ ਤਾਂ ਹੈਗਾ ਕਿੱਡੀ ਚਿੜੇਲ ਤੀ ਨੀ ਆਹ। ਮਾਂ ਪੁੱਛਦਾ ਜੇ ਮਲੇਰਕੋਟ ਲੈ ਬਾਜੇ ਤਾਂ ਵਧੀਆ, ਨਹੀਂ ਇੱਥੇ ਪਿੰਡ ਵਾਲੇ ਡਾਕਟਰ ਤੋਂ ਟੀਕਾ ਕਢਾ ਦਾਂਗੇ। ਚੱਲ ਮੇਰੀ ਗੱਲ ਸੁਣ ਪੂਰੀ। ਹੁਣ ਕੀ ਹੋ ਗਿਆ? ਹੋਣਾ ਕੀ ਹੈ, ਮੈਂ ਤੈਨੂੰ ਐ ਕਹਿੰਦੀ ਆ ਵੀ ਖੇਤ ਤਾਂ ਤੇਰੇ ਮਾਮੇ ਨੂੰ ਲੈ ਜਾ, ਤੇਰਾ ਪਿਓ ਤਾਂ ਕੜਦਾ ਵੀ ਘਰ ਦੀ ਦਾਰੂ ਹੈ, ਆਹ ਠੇਕੇ ਠੁਕੇ ਵਾਲੀਆਂ ਲਿਆ ਕੇ ਪੀਂਦਾ ਨੀ, ਤੇ ਫਿਰ ਤੈਨੂੰ ਪਤਾ ਹੀ ਹੈ ਵੀ ਜਦੋਂ ਆਹ ਸਮਾਨ ਜਾਂ ਦੱਬਦਾ ਨਾ ਤੇ 36 ਕੁਛ ਪਾਉਂਦਾ ਉਹਦੇ ਵਿੱਚ, ਇੰਨੀ ਦਾਰੂ ਤੇਜ਼ ਹੁੰਦੀ ਹੈ ਬੰਦਾ ਇੱਕ ਪੈਗ ਲਾ ਕੇ ਪਤਾ ਹੀ ਨੀ ਲੱਗਦਾ ਕਿੱਥੇ ਸੁੱਤਾ ਪਿਆ, ਤੇਰੇ ਮਾਮੇ ਨੂੰ ਘੱਟ ਪਿਆਈ, ਆਹ ਤੈਨੂੰ ਪਤਾ ਇੱਕ ਦੂਜੇ ਨਾਲ ਖਾਰ ਬਲਾਈ ਖਾਂਦੇ ਨੇ ਫਿਰ। ਉਹ ਦੇਖੀ ਆ ਮਾਂ ਇਹਨਾਂ ਦੀ ਖਾਰ ਖੋਰ ਨੂੰ, ਲੈ ਤੂੰ ਐਵੇਂ ਨਾ ਜਾਣੀ ਤੇਰੇ ਮਾਮੇ ਨੂੰ, ਤੇਰੇ ਮਾਮੇ ਦਾ ਸੁਭਾਅ ਬਹੁਤ ਕੱਪਾ ਗਾ, ਜੈ ਖਾਨ ਦਾ ਜਿੱਦੇ ਦਾ ਜੰਮਿਆ ਨਾ ਆਹ ਮੇਰੇ ਦਾਦੇ ਦੀ ਗੁੜਤੀ ਹੈ ਜੈ ਖਾਨ ਦਾ, ਤੈਨੂੰ ਪਤਾ ਏਡਾ ਕੱਬਾ ਸੁਭਾਅ ਚੱਕੀ ਫਿਰਦਾ, ਏਡਾ ਕੱਬਾ ਸੁਭਾਅ ਇੱਕ ਵਾਰ ਸਾਡੇ ਗੁਆਂਢੀਆਂ ਦਾ ਰੌਲਾ ਪੈ ਗਿਆ, ਉਹ ਵੀ 18 ਕਿੱਲਿਆਂ ਦਾ, ਦੇਖ ਲਾ ਬੱਟ ਨੂੰ ਬੱਟ ਸਾਂਝੀ ਦੋਨਾਂ ਭਾਈਆਂ ਦਾ ਰੌਲਾ, ਸਾਰੇ ਪਿੰਡ ਦੇ ਵਿੱਚ ਐ ਹੋ ਗਿਆ ਵੀ ਜਾਂ ਤਾਂ ਇੱਕ ਮਰੂ ਜਾਂ ਦੂਜਾ ਮਰੂ ਜਾਂ ਇਹ ਮਰੂ ਜਾਂ ਉਹ ਮਰੂ, ਦੇਖ ਲੈ ਫਿਰ ਤੇਰੇ ਮਾਮੇ ਨੇ ਵੀ ਪੱਥਰ ਤੇ ਲਖੀਰ ਖਿੱਚਤੀ, ਕਹਿੰਦਾ
ਕੋਈ ਗੱਲ ਨੀ, ਮੈਂ ਤਾਂ ਕਹਿੰਦਾ 18 ਕਿੱਲੇ ਇਧਰਲੀ ਸਾਈਡ ਮੇਰੇ ਦੋਸਤ ਦੇ ਨਾਂ ਲਵਾ ਕੇ ਛੱਡੂ। ਉਹੀ ਕੁਛ ਹੋਇਆ, ਜਿੰਨੇ ਦਿਨ 18 ਕਿੱਲੇ ਨਾਂ ਨੀ ਲੱਗੇ, ਤੇਰੇ ਮਾਮੇ ਨੇ ਆਪਦੇ ਯਾਰ ਦੋਸਤ ਦਾ ਖੇੜਾ ਨੀ ਛੱਡਿਆ, ਇਹ ਜਿਹਾ ਸੁਭਾਅ ਗਾ ਦੇਖ ਲੈ। ਉਹ ਮਾਂ ਬਸ ਮੇਰੀ, ਉਹ ਕਹਿੰਦੇ ਹੁੰਦੇ ਨਾ ਨੌਹਾਂ ਨਾਲੋਂ ਮਾਸ ਵੱਖ ਨੀ ਹੁੰਦਾ ਹੈਗਾ, ਆ ਤੇਰੀਆਂ ਫੁਕਰੀਆਂ ਨੇ ਨਾ, ਉਹ ਦੇਖ ਲਾ ਮਾਮੇ ਦੀ ਢੂਹੀ ਕਟਾਤੀ। ਭਾਈ ਗਲਤੀ ਚ ਕੁੱਟਿਆ ਗਿਆ ਬਣ ਕੇ ਤੇਰਾ ਕੰਮ ਕਿੱਥੇ ਹੋਏ? ਮੇਰਾ ਪਾਪਾ ਤਾਂ ਹੋ ਫਿਰਦਾ ਮੋਟਰ ਤੇ, ਤੇਰਾ ਕੋਟਾ ਪਿਆ ਇਧਰਲੀ ਮੋਟਰ ਤੇ, ਇੱਥੇ ਹੈਗਾ। ਹਾਂ ਮੇਰਾ ਪਾਪਾ ਤੀਏ ਇੱਕ ਦਿਨ ਸਪਰੇਅ ਕਰਨ ਬਹਿ ਜਾਂਦਾ, ਫੇਰ ਕੀ ਹੁੰਦਾ ਨਸ਼ਾ ਵੱਧ ਹੁੰਦਾ। ਚੱਕ ਫੜ ਧੋ ਕੇ ਲੈ, ਦਾਰੂ ਲਿਆ ਚੱਕ ਕੇ ਲਿਆਉਣਾ। ਉਦੋਂ ਉਹ ਅੱਜ ਤੋਂ ਲੋਕਾ ਉਹ ਹਜੇ ਨੀ ਆਉਂਦਾ ਹੈਗਾ, ਮੇਰਾ ਕੋਈ ਪਤਾ ਨੀ ਉਹ ਫਰਦਾ ਫਰਾਂ ਇਹਦੇ ਵਿੱਚ ਹੀ ਪਈ ਹੁੰਦੀ ਆ ਅੱਜ ਸਾਰੀ ਖਾਲੀ ਲੱਕੜੀ, ਇਹਦੀ ਤਾਂ ਮੇਰਾ ਸਾਰਾ ਦਾਰੂ ਦੀ ਸਮੈਲ ਬਣੀ ਹੁੰਦੀ, ਟੱਟੀ ਵਾਲੀ ਹੈ ਤਾਂ ਪਤਾ ਨੀ ਫਿਰ ਉੱਥੇ ਇਹੀ ਪਈ ਹੁੰਦੀ ਅੱਗੇ ਤਾਂ। ਹੋਰ ਕਿਤੇ ਭਾਲ ਲਾ, ਪੱਟ ਪੁੱਟ ਕੇ ਦੇਖ ਲਾ ਥਾਂ। ਮੈਂ ਤਾਂ ਸਾਰਾ ਕੋਠਾ ਲੱਭਿਆ ਆ ਖੱਲ ਖੁੰਜੇ, ਮੈਨੂੰ ਤਾਂ ਸਾਰੀ ਕਿਤੇ ਨੀ ਮਿਲੀ ਹੈਗੀ। ਕਰਤਾ ਉਹੀ ਕੰਮ ਕਰਤਾ, ਹੁਣ ਮੈਂ ਦੱਸ ਕੀ ਕਰਾਂ? ਮੇਰਾ ਸਾਲਾ ਪੀਣ ਵਾਲੀ ਦੀ ਦਾਰੂ ਆ ਰਹਿ ਗਈ ਕੱਕੜੀ ਪੱਲੇ। ਕੀ ਕਰੀ ਜਾਂਦਾ ਓਏ ਆਪੇ? ਹਾਂ ਲੈ ਬਹਿ ਜਾ। ਹਾਂ ਕਰਾਉਣਾ ਓਏ ਸਪਰੇਅ ਕਰੀ ਸੀ ਜਿੱਥੇ, ਫੇਰ ਕੀ ਹੁੰਦਾ? ਨਾਲੇ ਪ੍ਰਾਹੁਣਿਆ ਜਿਹਦੀ ਮਾਮੀ ਨੇ ਦੇਖ ਲੈਣ, ਆ ਬਦਮਾਸੀ ਬਰੂਸੀ ਜੀ ਵਿੱਚ ਹੀ ਰੁੜ ਜੂ। ਉਹ ਛੱਡਦੇ ਬਦਮਾਸੀ ਚ ਕੀ ਰੱਖਿਆ? ਨਾ ਇਹਦੇ ਸਿਰ ਤੇ ਆ ਨਾ ਬਿਨਾ ਕਸੂਰੋਂ। ਉਹ ਚੱਲ ਪ੍ਰਾਹੁਣੇ ਕਿਉਂ ਜਵਾਕ ਕੋਲ ਇਹੀਆਂ ਗੱਲਾਂ ਕਰਦੇ, ਜਵਾਕ ਦੇ ਦਿਲ ਤੇ ਕੀ ਲੱਗੂ? ਕੀ ਲੱਗੂ ਤੂੰ? ਮੈਂ ਪੈਗ ਕਿਹੜਾ ਪੈਗ? ਉਰੇ ਪੈਗ ਬੁਗਣੀ ਮੈਂ ਕਿਹੜਾ ਪੀਨਾ? ਲੈ ਮੈਨੂੰ ਪਤਾ ਲੱਗਿਆ, ਸੂਹ ਲੱਗੀ ਹੈ ਮੈਨੂੰ, ਢੋਲ ਕੱਢਿਆ ਜਿਹੜਾ ਉਹ ਪੈਗ ਤਾਂ ਉਹਨੂੰ ਮੈਂ ਲਵਾ ਦੇਣਾ। ਪਰ ਇੱਕ ਸੁਣ ਲੱਗ ਲੈ, ਦੇਸੀ ਦਾ ਪੈਗ ਲਾ ਮਾੜਾ ਹੁੰਦਾ, ਦੱਸੀ ਨਾ ਕਿਸੇ ਨੂੰ। ਲੈ ਅੱਜ ਤੱਕ ਤੇਰੀ ਕੋਈ ਗੱਲ ਦੱਸੀ ਆ? ਉਹ ਪਤਾ ਨੀ ਲੱਗਦਾ ਹੁੰਦਾ। ਨਹੀਂ ਨਹੀਂ ਲੈ, ਨਾਲੇ ਆਪਦੇ ਪ੍ਰਾਹੁਣੇ ਫਸਾਊਗਾ ਕੋਈ, ਜਾ ਪਰੇ ਤੇਰੇ ਜਰਾ। ਚੱਲ ਮੈਂ ਲਿਆਉਣਾ, ਚੰਗਾ ਪੈਗ ਲਵਾ ਤੂੰ, ਲਿਆਉਣਾ ਮੈਂ, ਬੈਠੋ ਤੂੰ।
ਤੈਨੂੰ ਕਿਹਾ ਸੀ ਨਾ ਮੈਂ ਭਾਣਜਾ, ਇਹਨੇ ਮੇਰੇ ਸਾਲੇ ਨੇ ਆਪਦੇ ਹੱਥ ਥੱਲੇ ਲੁਕੋ ਕੇ ਰੱਖੀ। ਮੈਂ ਕਹਿੰਦਾ ਵੇਚਦਾ ਬੂਝਦਾ ਵੀ ਹੋਏ ਹੋਏ ਮਾਮੇ ਮੰਨ ਗਿਆ ਤੇਰੇ ਦਿਮਾਗ ਨੂੰ, ਸਕੀਮਾਂ ਬੜੀਆਂ ਨੇ ਲੈ, ਦਿਮਾਗ ਵੱਡੇ ਵੱਡੇ ਦਿੱਲੀ ਤੱਕ ਬਣਾ ਤੇ ਲੋਕ। ਸਹੀ ਗੱਲ ਆ, ਪਹੁੰਚ ਗਿਆ ਤੇਰੀ ਮਾਮਾ, ਅੱਗੇ ਤਾਂ ਸੁਣਦੇ ਤੇ ਅੱਜ ਦੇਖ ਵੀ ਲਿਆ। ਇਹ ਤੂੰ ਕਹਿੰਦਾ ਮੇਰੇ ਨਾਲ ਚੱਲੀ ਭਾਣ ਜਾ ਰਿਹਾ ਗੱਡੀ ਚ, ਜਿੱਥੇ ਤੱਕ ਕਹੇ ਟਿਕਟ ਵੀ ਲਾ ਦੀ ਤੇਰੀ। ਅੱਛਾ ਮਾਮਾ ਡਰਦੇ ਨੇ ਟਿਕਟ ਟੂਟੀ ਚ ਚੜਾਈ, ਦੋ ਪੈਗ ਫੜਿਆ ਕੇ ਜਦੋਂ ਲਾ ਕੇ ਪਾਣੀ ਵਿੱਚ ਪਾ, ਇੰਨੀ ਜੂਰੀ ਚੱਕ ਲਿਆਉਂਦਾ ਬਹੁਤ ਤੇਜ਼ ਆ ਤੂੰ ਪੀਤਾ ਸਹੀ, ਘਰੇ ਜਾ ਕੇ ਲਾ ਲਾਂਗੇ ਪੂਰੀ ਪੀ ਲਾ, ਇੰਨੀ ਕੁ ਬੋਤਲ ਆ ਤੂੰ। ਮਾਮਾ ਹੁਣ ਤੂੰ ਉਂਗਲ ਫੜਦਾ ਫੜਦਾ ਬਾਂਹ ਵੀ ਫੜਨ ਲੱਗ ਗਿਆ ਹੈ।